स्वागत है रोजाना टाइम च। अज की पीढ़ी विदेशों जाने लिए इन्नी चाहवान है कि वह खुद गलत रास्ते ते चली जाण, उन्होंने पता भी नहीं लगता। तो उत्थे एक अजिहा मामला मोगे तो सामने आ रहा है जिथे एजेंटा वालों एक लड़की नाल धोखाधड़ी की गई है। तो उसनू वर्क परमिट वीज़े की बजाय टूरिस्ट वीज़े पर भेजा गया। तो मस्कट च 3 लाख रुपए लैके सेखा नू वेचा गया। ਵੀਰੇ ਮੈਂ ਮਾਸਕਟ ਗਈ ਸੀ, ਅਮਾਨ ਦੇਸ਼ 'ਚ ਗਈ ਸੀਗੀ। ਹਾਂਜੀ ਜੀ। ਅਤੇ ਉੱਥੇ ਗਈ ਸੀ, ਯਾਨੀ ਕਿ ਉੱਥੋਂ ਮੈਂ ਕੁੜੀ ਮੋਗੇ ਦੀ ਕੁੜੀ ਸੀਗੀ ਜਿਹਨੇ ਕਿ ਮੈਨੂੰ ਉੱਥੇ ਵੀ ਯਾਨੀ ਕਿ ਮਾਸਕਟ 'ਚ ਫਸਾਇਆ ਵੀਰੇ। ਹਾਂਜੀ। ਤਾਂ ਵੀ ਮੈਨੂੰ ਵੀ ਜਿਵੇਂ ਬੱਚਿਆਂ ਦੇ ਨਾਲ ਬੱਚੇ ਉਹਨਾਂ ਦੇ ਪੜ੍ਹਦੇ ਸੀਗੇ ਤਾਂ ਮੈਨੂੰ ਉਹਨਾਂ ਤੱਕ ਵੀ ਉਹਨਾਂ ਨੇ ਬੱਚਿਆਂ ਦੇ ਗੱਲ ਕੀਤੀ, ਮੇਰੀ ਮੰਮੀ ਬਾਹਰ ਆ ਤਾਂ ਮੈਂ ਉਹਨਾਂ ਨਾਲ ਕੰਟੈਕਟ ਕੀਤਾ। ਚਲੋ ਉਹਨਾਂ ਦੇ ਘਰ ਗਈ, ਉਹਦੀ ਸੱਸ ਕਹਿੰਦੀ ਹਾਂ ਮੇਰੀ ਨੂੰਹ ਬਾਹਰ ਆ, ਤਾਂ ਵੀਰੇ ਮੈਂ ਜਦੋਂ ਉਹ ਆਈ ਤਾਂ ਮੈਂ ਉਹਨਾਂ ਨਾਲ ਗੱਲ ਕੀਤੀ, ਉਹਨੇ ਮੇਰਾ ਪਾਸਪੋਰਟ ਗਾਂ ਵੀ ਏਜੰਟ ਨੂੰ ਭੇਜਤਾ। ਤਾਂ ਏਜੰਟ ਵੀ ਜਿਹੜਾ ਵਾ ਉਹ ਵੀ ਇਹਦਾ ਨਾਮ ਵੀ ਇੱਦਾਂ ਹੀ ਕੁੜੀਆਂ ਨਾਲ ਖਰਾਬ ਕਰਦਾ ਵਾ। ਤਾਂ ਜਦੋਂ ਮੈਨੂੰ ਮਾਸਕਟ 'ਚ ਬੰਬੇ ਪਹੁੰਚ ਗਈ ਤਾਂ ਬੰਬੇ ਜਾ ਕੇ ਵੀਰੇ ਉਹਨਾਂ ਨੇ ਮੈਨੂੰ ਵੀ ਫੋਨ ਕੀਤਾ ਕਿ ਤੈਨੂੰ ਟੂਰਿਸਟ ਵੀਜ਼ੇ 'ਤੇ ਸੱਦਿਆ, ਵੀ ਵਰਕ ਪਰਮਿਟ 'ਤੇ ਨਹੀਂ ਸੱਦਿਆ, ਟੂਰਿਸਟ ਵੀਜ਼ੇ 'ਤੇ ਸੱਦਿਆ। ਤਾਂ ਚਲੋ ਵੀਰੇ ਮੈਂ ਉੱਥੋਂ ਗਾਂਹ ਚਲੀ ਗਈ, ਠੀਕ ਹੈ, ਮਾਸਕਟ ਪਹੁੰਚ ਗਈ। ਠੀਕ ਹੈ ਵੀਰੇ, ਮੈਨੂੰ 2-4 ਦਿਨ ਵਧੀਆ ਰੱਖਿਆ ਉਹਨਾਂ ਨੇ, ਤਾਂ ਮੈਨੂੰ ਤੰਗ ਪਰੇਸ਼ਾਨ ਕਰਤਾ ਉਹਨਾਂ ਨੇ, ਸ਼ੁਰੂ ਕੀਤਾ ਉਹਨਾਂ ਨੇ ਵੀਰੇ ਮੈਨੂੰ ਕੁੱਟਣਾ ਮਾਰਨਾ ਸ਼ੁਰੂ ਕਰਤਾ ਕਿ ਇਹਦੇ ਨਾਲ ਵੀ ਇੱਦਾਂ ਗਲਤ ਕੰਮ ਕਰ। ਤਾਂ ਜਾਣੀ ਕਿ ਉਹਨਾਂ ਨੇ ਮੇਰੇ ਵੀ ਗਲਤ ਕੰਮ ਕਰਾਇਆ ਮੇਰੇ ਨਾਲ, ਜਾਣੀ ਕਿ ਉਹਨਾਂ ਨੇ ਇੱਦਾਂ ਟੋਰਚਰ ਕੀਤਾ ਵੀਰੇ ਉਹਨਾਂ ਨੇ ਮੈਨੂੰ। ਤੁਸੀਂ ਜਦੋਂ ਇੰਡੀਆ ਤੋਂ ਗਏ ਹੋ ਕਿੰਨਾ ਟਾਈਮ ਉੱਥੇ ਰਹੇ ਹੋ? ਵੀਰੇ ਮੈਂ ਉੱਥੇ ਵੀ 1 ਮਹੀਨਾ ਰਹੀ ਹਾਂ ਪੂਰਾ। ਹਾਂਜੀ ਹਾਂਜੀ, ਇਹ ਮੇਰੀ 9 ਤਰੀਕ ਦੀ ਫਲਾਈਟ ਸੀ, ਮੈਂ 9 ਤਰੀਕ ਨੂੰ ਆਇਆ। ਅੱਛਾ। ਅਤੇ ਉੱਥੇ ਜਦੋਂ ਤੁਸੀਂ ਗਏ ਹੋ ਅਤੇ ਇਹ ਕਿਹਦੀ ਮਿਲੀ ਭਗਤੀ ਸੀਗੀ ਜਿਹੜੇ ਤੁਹਾਡੇ ਨਾਲ ਗਲਤ ਕੰਮ ਕੀਤਾ ਉੱਥੇ, ਕਿਹਦੀ ਮਿਲੀ ਭਗਤੀ ਸੀ? ਵੀਰੇ ਉਹ ਇਹ ਕੁੜੀ ਉਹਨਾਂ ਦੇ ਨਾਲ, ਜਿਹੜੀ ਇਹ ਕੁੜੀ ਸੀ ਉਹਦੀ ਗਾਂਹ ਕੁੜੀ ਦੇ ਲਿੰਕ ਸੀ ਉੱਥੇ ਮੁੰਡਿਆਂ ਬੰਦਿਆਂ ਦੇ ਨਾਲ। ਹਾਂਜੀ। ਅਤੇ ਹੋਰ ਵੀ ਕੁੜੀਆਂ ਸੀ ਵੀਰੇ? ਕੁੜੀਆਂ ਉੱਥੇ ਘੱਟੋ ਘੱਟ ਵੀਰੇ ਗੁਰਦੁਆਰੇ 'ਚ ਕੁੜੀਆਂ 50 ਕੁੜੀਆਂ ਫਸੀਆਂ ਹੋਈਆਂ। ਅੱਛਾ। ਹਾਂਜੀ। ਅਤੇ ਜਿਹੜੀਆਂ ਕੁੜੀਆਂ ਜਿਸ ਦਿਨ ਮੈਂ ਇੱਥੋਂ ਵੀਰੇ ਵੀ ਇਹਦਾ ਨਾਮ ਉਹ ਕੁੜੀਆਂ ਉਹਨੇ ਕਾਫੀ ਉਹ ਆਪਦੇ ਘਰੇ ਦਫ਼ਤਰ 'ਚ ਸੱਦਦੀ ਆ ਕੁੜੀਆਂ, ਪਹਿਲਾਂ ਦਫ਼ਤਰ 'ਚ ਸੱਦਦੀ ਆ, ਫਿਰ ਉਹਨਾਂ ਨੂੰ ਕਈ ਘਰਾਂ ਦੇ ਲੈ ਕੇ ਜਾਂਦੀ ਆ, ਫਿਰ ਉਹ ਚੈੱਕ ਕਰਾਉਂਦੀ ਕੁੜੀ ਕਿਵੇਂ ਆ ਤੁਹਾਨੂੰ ਪਸੰਦ ਆ, ਫਿਰ ਜਿੱਦਾਂ ਕੁੜੀਆਂ ਉਹਨਾਂ ਨੂੰ ਪਸੰਦ ਲੱਗਦੀਆਂ ਠੀਕ ਲੱਗਦੀਆਂ ਵਾ, ਫਿਰ ਉਹਨਾਂ ਤੋਂ 3-3 ਲੱਖ ਰੁਪਏ ਇੰਡੀਆ ਦਾ ਲੈ ਕੇ। ਅਤੇ ਤੁਹਾਨੂੰ ਕਿੰਨੇ 'ਚ ਵੇਚਤਾ? ਮੈਨੂੰ ਉਹਨਾਂ ਨੇ ਵੀਰੇ 3 ਲੱਖ 'ਚ ਵੇਚਿਆ ਸੀਗਾ। ਅੱਛਾ। ਤੁਹਾਨੂੰ ਇਹ ਗੱਲ ਕਿੱਦਾਂ ਪਤਾ ਲੱਗੀ ਕਿ ਤੁਹਾਨੂੰ ਵੇਚਤਾ? ਵੀਰੇ ਜਦੋਂ ਉਹਨਾਂ ਨੇ ਮੈਨੂੰ ਫੋਨ ਪਰੇਸ਼ਾਨ ਵੀ ਮੈਨੂੰ ਫੋਨ ਆਉਣ ਲੱਗ ਗਏ ਸੀਗੇ। ਹਾਂਜੀ। ਜਦੋਂ ਮੈਂ ਨਾ ਵੀਰੇ ਉਹਨਾਂ ਨੇ ਮੈਨੂੰ ਜਿੱਥੋਂ ਮੈਨੂੰ ਵੇਚਤਾ ਸੀ ਉਹਨਾਂ ਨੇ ਕਿਸੇ ਦੇ ਘਰੇ ਵੇਚਤਾ ਸੀਗਾ, ਤਾਂ ਉੱਥੋਂ ਮੈਨੂੰ ਫੋਨ ਆਉਣ ਲੱਗ ਗਏ ਸੀਗੇ ਕਿ ਤੈਨੂੰ ਉਹਦਾ ਨਾਮ ਵੀ ਅਸੀਂ ਲੈ ਕੇ ਜਾਣਾ, ਰਾਤ ਰੱਖਣਾ ਤੈਨੂੰ। ਤਾਂ ਜਾਣੀ ਕਿ ਜਿਸ ਟਾਈਮ ਉਹ ਕਿ ਮੇਰੇ ਕੋਲ ਰਿਕਾਰਡਿੰਗ ਵੀ ਪਈਆਂ ਉਹਨਾਂ ਦੀਆਂ, ਸਭ ਪਈਆਂ ਰਿਕਾਰਡਿੰਗ ਵੀ ਪਈਆਂ, ਫੋਨ ਕਾਲ ਵੀ ਪਏ ਵੀ ਇੰਨੇ ਮੈਨੂੰ ਫੋਨ ਕਾਲ ਆਏ ਰਿਕਾਰਡਿੰਗ ਹੋਈਆਂ। ਤਾਂ ਵੀ ਉਹ ਮੈਨੂੰ ਜਾਣੀ ਕਿ ਰਾਤ ਦਾ ਕਹਿੰਦੇ ਸੀ, ਸਾਰੇ ਜੈਂਟਸ ਹੀ ਫੋਨ ਕਰ ਰਹੇ, ਲੇਡੀਜ਼ ਦਾ ਕਿਸੇ ਦਾ ਨਹੀਂ ਮੈਨੂੰ ਫੋਨ ਆਇਆ, ਜੈਂਟਸ ਹੀ ਆ ਵੀ ਤੈਨੂੰ ਰਾਤ ਰੱਖਣਾ ਵਾ ਵੀ ਤੈਨੂੰ ਇੰਨੇ 'ਚ ਵੇਚਿਆ ਗਿਆ। ਅਤੇ ਤੁਸੀਂ ਫਿਰ ਇੰਡੀਆ ਵਾਪਸ ਕਿੱਦਾਂ ਆਏ, ਕਿਹਦੀ ਹੈਲਪ ਦੇ ਨਾਲ? ਵੀਰੇ ਮੈਂ ਸਿਕੰਦਰ ਵੀਰ ਜੀ, ਢਿੱਲੋਂ ਸਿਕੰਦਰ ਵੀਰ ਜੀ ਇਹਨਾਂ ਦਾ ਵਾ, ਇਹਨਾਂ ਦੇ ਮੈਂ ਫੇਸਬੁੱਕ ਤੋਂ ਇਹਨਾਂ ਦਾ ਨੰਬਰ ਲਿਆ ਮੈਂ, ਤਾਂ ਵੀ ਇਹਨਾਂ ਦਾ ਜਦੋਂ ਮੈਨੂੰ ਪਤਾ ਲੱਗਿਆ ਕਿ ਇਹ ਵੀਰੇ ਜੀ ਗਾਇਕ, ਇਹਨਾਂ ਦੀ ਵੀ ਵੀਡੀਓ ਵਾਇਰਲ ਹੋਈ, ਇਹਨਾਂ ਦੀ ਦੇਖਿਆ ਮੈਂ ਇਹਨਾਂ ਨੂੰ, ਹੈ ਨਾ ਵੀ ਇਹ ਹੈਲਪ ਕਰਦੇ ਆ, ਤਾਂ ਮੈਂ ਇਹਨਾਂ ਦਾ ਨੰਬਰ ਲਿਆ, ਤਾਂ ਵੀ ਇਹਨਾਂ ਨੂੰ ਵੀ ਮੈਂ ਵਟਸਐਪ 'ਤੇ ਕਾਲ ਕੀਤੀ, ਤਾਂ ਫਿਰ ਇਹਨਾਂ ਨੇ ਵੀ ਫੋਨ ਨਹੀਂ, 2 ਵਾਰੀ ਮੈਂ ਇਹਨਾਂ ਲਾਇਆ, 2 ਵਾਰੀ ਨਹੀਂ ਚੱਕਿਆ, ਚਲੋ ਠੀਕ ਹੈ ਜੀ ਮੈਂ ਮੰਨਦੀ ਇਹਨਾਂ ਨਹੀਂ ਚੱਕਿਆ। ਤਾਂ 3ਵਾਰ ਜਦੋਂ ਫਿਰ ਲਾਇਆ ਇਹਨਾਂ ਨੇ ਫੋਨ ਚੱਕਿਆ ਮੇਰਾ, ਮੈਨੂੰ ਕਹਿੰਦੇ ਭੈਣੇ ਵੀ ਤੂੰ ਰੋਨੀ ਕਿੱਥੋਂ ਬੋਲਦੀ? ਮੈਂ ਕਿਹਾ ਵੀਰੇ ਮੈਂ ਮਾਸਕਟ ਤੋਂ ਬੋਲਦੀ, ਮੈਂ ਐਂ ਕਰਕੇ ਫਸੀ ਹੋਈ ਹਾਂ। ਤਾਂ ਵੀਰੇ ਕਹਿੰਦੇ ਭੈਣ ਕੋਈ ਗੱਲ ਨਹੀਂ, ਤੂੰ ਟੈਨਸ਼ਨ ਨਾ ਲੈ, ਮੈਂ ਤੇਰਾ ਸਵੇਰੇ ਹੀ ਹੱਲ ਕਰੂੰਗਾ, ਕਹਿੰਦੇ ਕੋਈ ਗੱਲ ਨਹੀਂ। ਤਾਂ ਵੀਰੇ ਮੈਂ ਸਮਾਜ ਸੁਸਾਇਟੀ ਵਾਲਿਆਂ ਨੂੰ ਵੀ ਫੋਨ ਲਾਇਆ ਸੀਗਾ, ਜਗਦੀਸ਼ ਵੀਰ ਜੀ ਨੂੰ ਉਹਨਾਂ ਨੂੰ ਵੀ ਫੋਨ ਲਾਇਆ ਸੀਗਾ, ਤਾਂ ਉਹਨਾਂ ਨੇ ਵੀ ਮੇਰੇ ਨਾਲ ਵੀ ਇਹਨਾਂ ਨਾਲ ਵੀਰੇ ਉਹਨਾਂ ਨੇ ਚਲੋ ਵੀ ਇਹਨਾਂ ਨੇ ਜੋ ਗੱਲਬਾਤ ਹੋਈ, ਫਿਰ ਇਹਨਾਂ ਨੇ ਵੀਰ ਜੀ ਇਕੱਠੇ ਹੋ ਕੇ ਇੰਡੀਆ ਉੱਥੇ ਕੁੜੀ ਕੋਲ ਗਏ, ਤਾਂ ਕੁੜੀ ਉਸ ਟਾਈਮ 'ਤੇ ਮੌਜੂਦ ਸੀ ਉੱਥੋਂ, ਤਾਂ ਕੁੜੀ ਦੇ ਘਰੋਂ ਵੀ ਇਹਨਾਂ ਨੇ ਪਾਸਪੋਰਟ ਵੀ ਘਰੋਂ ਕੱਢੇ ਇਹਨਾਂ ਦੇ ਉਹ ਕੁੜੀ ਦੇ। ਅਤੇ ਤੁਸੀਂ ਕੋਈ ਪੁਲਿਸ ਕੰਪਲੇਂਟ ਕੀਤੀ? ਹਾਂਜੀ, NRI ਥਾਣੇ 'ਚ ਵੀਰੇ ਸਾਡੀ ਕੰਪਲੇਂਟ ਵੀ ਕੀਤੀ ਹੋਈ ਆ, ਕੋਈ ਹਜੇ ਉਹਦੀ ਕੋਈ ਨਹੀਂ ਸੁਣਵਾਈ ਨਹੀਂ ਹੋਈ। ਕਿਹੜੀ ਜਗ੍ਹਾ 'ਤੇ ਕੀਤੀ ਕੰਪਲੇਂਟ? NRI ਥਾਣੇ ਸਿਟੀ 1 ਦੇ ਕੋਲ ਜਿਹੜੇ ਮੋਗੇ। ਹਾਂਜੀ, ਮੋਗੇ ਕੀਤੀ ਇਹਦਾ। ਹਾਂਜੀ, ਮੋਗੇ ਦੇ ਰਹਿਣਾ? ਹਾਂਜੀ, ਮੋਗੇ ਦੇ ਰਹਿਣਾ ਨੇ। ਅਤੇ ਤੁਹਾਡੇ ਨਾਲ ਤੁਸੀਂ ਇਕੱਲੇ ਗਏ ਸੀ ਜਾਂ ਹੋਰ ਵੀ ਕੁੜੀਆਂ ਸੀਗੀਆਂ ਤੁਹਾਡੇ ਨਾਲ? ਨਹੀਂ ਵੀਰੇ, ਉਸ ਟਾਈਮ 'ਤੇ ਮੈਂ ਇਕੱਲੀ ਗਈ ਸੀਗੀ। ਹਾਂਜੀ, ਉਸ ਤੋਂ ਮਗਰੋਂ 2-3 ਦਿਨ ਬਾਅਦ ਕੁੜੀਆਂ 2 ਆਈਆਂ ਵਾ, ਜਿਹੜੀਆਂ ਕੁੜੀਆਂ ਉੱਥੇ ਆ, ਪਰ ਉਹ ਵੀ ਵੀਰੇ ਇਸ ਟਾਈਮ ਉਹਨਾਂ ਦਾ ਮੇਰੇ ਨਾਲ ਨਾ ਵੀ ਉਹਨਾਂ ਨੂੰ ਜਦੋਂ ਪਤਾ ਲੱਗ ਗਿਆ ਵੀ ਇਹ ਕੁੜੀ ਵੀ ਇਹਦਾ ਨਾਮ ਵੀ ਸਾਡੀ ਵੀਡੀਓ ਵਾਇਰਲ ਹੋ ਗਈ, ਸਾਰਾ ਕੁਝ ਹੋ ਗਿਆ, ਪਰ ਉਹ ਕੁੜੀਆਂ ਨੂੰ ਉਹਨਾਂ ਨੇ ਉਸ ਟਾਈਮ 'ਤੇ ਫਿਰ ਵੀ ਜਾਣੀ ਕਿ ਉਹ ਨੰਬਰ ਸੀ ਨਾ ਉਹ ਕੁੜੀਆਂ ਨੂੰ ਵੀ ਉਹਨਾਂ ਨੂੰ ਕਹਿੰਦੇ ਸੀਗੇ ਵੀ ਜੇ ਤੁਸੀਂ ਫੋਨ ਕਰੋਗੇ ਤਾਂ ਉਹ ਕੁੜੀਆਂ ਦਾ ਨੰਬਰ ਮੈਂ ਲਿਆ ਸੀਗਾ, ਪਰ ਉਹ ਕੁੜੀਆਂ ਦਾ ਨੰਬਰ ਇਸ ਟਾਈਮ ਚੱਲ ਨਹੀਂ ਰਿਹਾ ਗਾ ਕਿਉਂਕਿ ਉਹਨਾਂ ਨੇ ਬੰਦ ਕਰਵਾ ਤੇ ਉਸ ਟਾਈਮ। ਮਤਲਬ ਉੱਥੇ ਗਲਤ ਤਰੀਕੇ ਦੀ ਵੀਡੀਓ ਬਣਾ ਲੈਂਦੇ ਸੀਗੇ? ਹਾਂਜੀ ਵੀਰੇ, ਗਾ ਵੀ ਜਿਵੇਂ ਕਿ ਕੁੜੀਆਂ ਨੂੰ ਵੀ ਗਲਤ ਕੰਮ ਕਰਾਉਂਦੇ ਸੀਗੇ, ਫਿਰ ਉਹਨਾਂ ਦੀ ਵੀਡੀਓ ਬਣਾਉਂਦੇ ਸੀ, ਫਿਰ ਉਹਨਾਂ ਬਲੈਕਮੇਲ ਕਰਦੇ ਸੀ, ਫਿਰ ਜਿਵੇਂ ਤਾਂ ਇੰਡੀਆ ਤੋਂ 1.5 ਲੱਖ ਰੁਪਇਆ ਮੰਗਦੇ ਸੀਗੇ। ਮੇਰੇ ਕੋਲ ਵੀ ਮੌਜੂਦ ਹੈ ਰਿਕਾਰਡਿੰਗ ਆ, ਸਾਰਾ ਕੁਝ ਪਿਆ ਵੀਰੇ, ਸਬੂਤ ਹੈ, ਜਦੋਂ ਮੇਰੇ ਤੋਂ ਉਹਨਾਂ ਨੇ 1.5 ਲੱਖ ਰੁਪਇਆ ਮੰਗਿਆ ਕਿ 1.5 ਲੱਖ ਰੁਪਇਆ ਦੇਵੇਂਗੀ ਤਾਂ ਤੂੰ ਇੰਡੀਆ ਵਾਪਸ ਜਾਏਂਗੀ? ਨਹੀਂ ਨਹੀਂ ਜਾਏਂਗੀ।
ਜਿਹੜੇ ਪੰਜਾਬ ਛੱਡ ਕੇ ਵਿਦੇਸ਼ਾਂ ਨੂੰ ਜਾ ਰਹੇ ਉਹਨਾਂ ਨੂੰ ਕੀ ਮੈਸੇਜ ਦੇਣਾ? ਵੀਰੇ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਬਾਹਰ ਨਾ ਜਾਓ, ਕੁੜੀਆਂ ਦਾ ਨਾਲੇ ਉੱਥੇ ਹੈ ਨਹੀਂ ਕੰਮ ਨਹੀਂ ਜਾਣ ਦਾ, ਕੁੜੀਆਂ ਨੂੰ ਉੱਥੇ ਵੀਰੇ ਵੇਚ ਦਿੰਦੇ ਆ। ਬਸ ਮੈਂ ਵੀਰੇ ਇਹੀ ਕਹਿੰਦੀ ਹਾਂ ਕਿ ਕੁੜੀਆਂ ਨਾ ਜਾਣ, ਹੱਥ ਬੰਨ ਕੇ ਇੱਥੇ ਆ ਵੀ ਥੋੜ੍ਹੀ ਕਰਕੇ ਖਾ ਲਓ, ਪਰ ਬਾਹਰ ਨਾ ਜਾਣ, ਕਿਉਂਕਿ ਜਿਹੜਾ ਕੁਛ ਮੇਰੇ ਨਾਲ ਹੋਇਆ ਨਾ ਵੀਰੇ, ਮੈਨੂੰ ਅੱਖੀ ਮੈਂ ਦੇਖਿਆ ਸਾਰਾ ਕੁਛ ਦੇਖਿਆ ਵਾ ਕਿ ਜਿਹੜਾ ਮੇਰੇ ਕਾਰਨ ਕੀ ਸੀ, ਤੁਸੀਂ ਗਏ ਕਿਉਂ ਸੀ ਵੀਰੇ? ਮੈਂ ਤੁਹਾਨੂੰ ਦੱਸਾਂ, ਸਹੀ ਦੱਸਾਂ ਵੀ ਅਸੀਂ ਰੈਂਟ 'ਤੇ ਰਹਿੰਦੇ ਹਾਂ ਵੀਰੇ, ਠੀਕ ਹੈ ਨਾ, ਵੀ ਹਰ ਇੱਕ ਦੀ ਹੁੰਦੀ ਕਿ ਚਲੋ ਸਾਡਾ ਆਪਣਾ ਘਰ ਹੋਵੇ, ਬਣ ਜਾਵੇ, ਚੰਗੇ ਲਈ ਜਾਈਦਾ ਹੈ ਨਾ, ਚੰਗੇ ਲਈ ਮੈਂ ਗਈ। ਹਾਂਜੀ ਹਾਂਜੀ, ਵੀ ਬੱਚੇ ਦਾ ਫਿਊਚਰ, ਵੀ ਬੱਚੇ ਕੁਛ ਬਣ ਜੂਗਾ, ਬੱਚੇ ਸਕੂਲ ਸਰਕਾਰੀ ਸਕੂਲ 'ਚ ਪੜ੍ਹਦੇ ਵੀਰੇ, ਮੈਂ ਇਹਨਾਂ ਨੂੰ ਇਹੀ ਸੀ ਵੀ ਚੰਗੇ ਸਕੂਲ 'ਚ ਪੜ੍ਹਾਉਂਗੀ ਆਪਦੇ ਬੱਚਿਆਂ ਦੇ, ਹੈ ਨਾ, ਤਾਂ ਪਰ ਵੀ ਮੈਨੂੰ ਨਹੀਂ ਪਤਾ ਸੀ ਮੇਰੇ ਨਾਲ ਆ ਕੁਛ ਹੋਊਗਾ। ਹਾਂਜੀ, ਸਭ ਤੋਂ ਪਹਿਲਾਂ ਤਾਂ ਜੀ ਮੇਰਾ ਪਿਆਰ ਭਰੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿਹਨੇ ਵੀ ਦੇਖ ਰਹੇ ਨੇ, ਅਤੇ ਬਾਕੀ ਤੁਸੀਂ ਸੁਣ ਲਿਆ ਜੀ ਸਭ ਨੇ, ਧੀਆਂ ਭੈਣਾਂ 'ਤੇ ਇਹੋ ਜਿਹੀਆਂ ਵਿਕਤਾਂ ਜਦੋਂ ਆਉਂਦੀਆਂ ਨੇ ਤਾਂ ਇੱਕ ਵੱਡੇ ਤੋਂ ਵੱਡਾ ਮਰਦ ਡੋਲ ਜਾਂਦਾ, ਬਾਹਰ ਬੈਠਾ ਆਪਣਾ ਘਰ ਤੋਂ ਕਿਲੋਮੀਟਰ 'ਤੇ ਬੰਦਾ ਬੈਠਾ ਡੋਲ ਜਾਂਦਾ ਜੀ, ਇਹ ਤਾਂ ਫਿਰ ਵਿਚਾਰੀ ਬਗਾਨੇ ਮੁਲਕ ਜੰਮੇ ਆਪਾਂ, ਆਪਣੇ ਮਾਂ ਬਾਪ ਕਹਿੰਦੇ ਸੱਤ ਸਮੁੰਦਰ ਪਾਰ ਗਿਆ ਹੋਇਆ ਬੱਚਾ, ਤਾਂ ਧੀ ਜਿਹੜੀ ਧੀ ਆ ਨਾ, ਇਹਦਾ ਰਿਸ਼ਤਾ ਬਹੁਤ ਦਿਲਾਂ ਨਾਲ ਜੁੜਿਆ ਹੁੰਦਾ, ਇਸ ਰਿਸ਼ਤੇ ਨੂੰ ਸਮਝਣ ਦੀ ਸਾਨੂੰ ਲੋੜ ਆ, ਅਤੇ ਇਸ ਰਿਸ਼ਤੇ ਦੀ ਸਮਝਣ ਦੇ ਲੋੜ ਦੇ ਲਈ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਹਰ ਇੱਕ ਭੈਣ, ਹਰ ਇੱਕ ਭਰਾ ਅਤੇ ਹਰ ਇੱਕ ਬਜ਼ੁਰਗ ਨੂੰ, ਹਰ ਇੱਕ ਮਾਂ ਨੂੰ ਇਹ ਚੀਜ਼ ਨੂੰ ਪਹਿਲਾਂ ਸਮਝਣਾ ਚਾਹੀਦਾ ਆਪਾਂ ਨੂੰ ਵੀ ਅਸੀਂ ਕਰਨ ਕੀ ਲੱਗੇ ਹਾਂ, ਹੈ ਨਾ। ਜੇ ਇਹਨਾਂ ਵਿਚਾਰਿਆਂ ਨੂੰ ਨਹੀਂ ਸੀ ਪਤਾ ਬਾਹਰ ਬਾਰੇ ਕੁਛ, ਤਾਂ ਇਹਨਾਂ ਨੂੰ ਬਰਗਲਾ ਕੇ ਲੈ ਕੇ ਜਾਣਾ, ਉੱਥੇ ਜਾ ਕੇ ਇਹਨਾਂ ਨਾਲ ਸ਼ਰੀਕ ਸ਼ੋਸ਼ਣ ਕਰਨੇ, ਜਾਂ ਇਹੋ ਜਿਹਾ ਮੰਦਾ ਚੰਗਾ ਵਿਹਾਰ ਕਰਨਾ, ਤਾਂ ਉੱਥੇ ਲਿਆ ਕੇ ਇਹਨਾਂ ਦੀ ਮੁੱਲ ਪਾਉਣਾ ਹੀ 3 ਲੱਖ ਰੁਪਈਆ। ਤਾਂ ਤੁਸੀਂ ਇੱਕ ਚੀਜ਼ ਦੇਖੋ ਜੀ, ਅੱਜ ਦੇ ਸਮੇਂ ਦੇ ਵਿੱਚ ਇੱਕ ਮੱਝ ਦਾ ਮੁੱਲ 3 ਲੱਖ ਰੁਪਈਏ ਮੇਰੇ ਹਿਸਾਬ ਨਾਲ, ਤਾਂ ਚੰਗੀ ਮੱਝ ਜੇ ਆਪਾਂ ਲੈਣ ਚਲ ਜਾਈਏ ਮੁੱਲ 3 ਲੱਖ ਰੁਪਈਏ, ਕੀ ਗੱਲ, ਇਹ ਕਿਹਦੀ ਧੀ ਸੀ ਬਈ? ਸਾਡੇ ਵਰਗੇ ਪੰਜਾਬੀਆਂ ਦੀ ਧੀ ਆ ਇਹ। ਜੇ ਸਾਡੇ ਕੋਲ ਅੱਜ ਇਸ ਚੀਜ਼ ਕਮੀ ਆ, ਕਾਹਦੀ ਕਮੀ ਆ? ਸਾਡੇ ਕੋਲ ਅੱਜ ਦੇ ਕਮੀ ਆ ਤਾਂ ਇੱਕ ਸਿਰਫ ਆਮਦਨ ਦੀ ਕਮੀ ਆ। ਸਿਕੰਦਰ ਜੀ, ਭੈਣ ਨੇ ਸਾਰੀ ਗੱਲਬਾਤ ਤੁਹਾਨੂੰ ਕਿੱਦਾਂ ਦੱਸੀ ਅਤੇ ਕਿੱਦਾਂ ਸੰਪਰਕ ਕੀਤਾ ਤੁਹਾਡੇ ਨਾਲ? ਦੇਖੋ, ਇਹਨਾਂ ਨੇ ਮੇਰਾ ਨੰਬਰ ਫੇਸਬੁੱਕ ਤੋਂ ਚੱਕਿਆ ਜੀ, ਜੋ ਇਹਨਾਂ ਨੂੰ ਮੈਂ ਪੁੱਛਿਆ, ਮੈਂ ਕਿਹਾ ਭੈਣ ਨੰਬਰ ਕਿੱਥੋਂ ਲਿਆ? ਕਹਿੰਦੀ ਫੇਸਬੁੱਕ ਤੋਂ। ਬਾਕੀ ਮੈਂ ਜ਼ਿਆਦਾ ਡੀਪਲੀ ਇਹਨਾਂ ਨਾਲ ਗੱਲਾਂ ਵੀ ਨਹੀਂ ਕੀਤੀਆਂ। ਜਦੋਂ ਵਿਚਾਰੇ ਪਹਿਲਾਂ ਹੈਲੋ ਕਹੀ ਤਾਂ ਰੋਂਦੀ ਸੀ ਕੁੜੀ, ਤਾਂ ਮੈਂ ਕਿਹਾ ਵੀ ਭੈਣ ਕੀ ਗੱਲ ਹੋ ਗਈ, ਕੌਣ ਹੋ ਤੁਸੀਂ? ਪਹਿਲਾਂ ਸਵਾਲ ਮੈਂ ਇਹਨਾਂ ਨੂੰ ਇਹੀ ਕੀਤਾ ਵੀ ਕੌਣ ਹੋ ਤੁਸੀਂ, ਤਾਂ ਇਹਨਾਂ ਨੇ ਮੈਨੂੰ ਆਪਦਾ ਨਾਮ ਦੱਸਿਆ। ਮੈਂ ਕਿਹਾ ਕਿੱਥੋਂ ਬੋਲਦੇ ਹੋ? ਇਹ ਕਹਿੰਦੇ ਮੈਂ ਫਲਾਨੀ ਯੂਨੀਵਰਸਿਟੀ ਤੋਂ ਬੋਲਦੀ ਹਾਂ। ਅਤੇ ਮੈਂ ਕਿਹਾ ਜੀ ਵੀ ਨੰਬਰ ਤਾਂ ਇੰਡੀਆ ਦਾ। ਉਹ ਕਹਿੰਦੇ ਜੀ ਮੈਨੂੰ ਤੁਹਾਡਾ ਨੰਬਰ ਐਂ ਕਰਕੇ ਮਿਲਿਆ। ਅਤੇ ਮੈਂ ਕਿਹਾ ਤੁਸੀਂ ਹੁਣ ਕੀ ਦਿੱਕਤ ਆ, ਰੋਂਦੇ ਕਿਉਂ ਪਏ ਹੋ? ਕਹਿੰਦੇ ਜੀ ਜਿਹਨੇ ਮੈਨੂੰ ਫਸਾਇਆ ਵੀ ਐਂ ਕਰਕੇ, ਸਾਰੀ ਇਹਨੇ ਮੈਨੂੰ ਜੋ ਸਟੋਰੀ ਹੁਣ ਤੁਹਾਨੂੰ ਦੱਸੀ ਉਹੀ ਸਟੋਰੀ ਇਹਨੇ ਮੈਨੂੰ ਦੱਸੀ। ਤਾਂ ਮੈਂ ਕਿਹਾ ਵੀ ਦੇਖੋ ਹੁਣ ਰਾਤ ਨੂੰ ਕਿਵੇਂ ਕਰਾਂ, ਦੱਸੋ। ਅਤੇ ਕਹਿੰਦੇ ਵੀ ਮੈਨੂੰ ਜਲਦੀ ਤੋਂ ਜਲਦੀ ਬਚਾਓ ਜਿਵੇਂ ਵੀ ਤੁਸੀਂ ਹੋ ਕਰ ਸਕਦੇ ਹੋ, ਵੀ ਤੁਹਾਡੀਆਂ ਮੈਂ ਦੇਖੀਆਂ ਇੰਟਰਵਿਊਆਂ। ਤਾਂ ਮੈਂ ਕਿਹਾ ਵੀ ਸ਼ਾਇਦ ਵੀਰਾ ਮੇਰੀ ਮਦਦ ਕਰੇ। ਮੈਂ ਕਿਹਾ ਸ਼ਾਇਦ ਕਿਉਂ ਕਰਾਂ, ਕਿ ਸਾਡਾ ਫਰਜ਼ ਬਣਦਾ, ਜਿੰਨੇ ਜੋਗਾ ਹੋਇਆ ਤਾਂ ਮੈਨੂੰ ਚਾਹੇ ਚੜ੍ਹ ਕੇ ਅਮਾਨ ਆਉਣਾ ਪਵੇ, ਅਤੇ ਮੈਂ ਜਾਣ ਦੀ ਪਰਵਾਹ ਵੀ ਨਹੀਂ ਕਰੂੰਗਾ, ਜਿੱਥੇ ਤੱਕ ਹੋ ਸਕੇ ਤੈਨੂੰ ਇੰਡੀਆ ਲੈ ਕੇ ਆਵਾਂਗੇ। ਤੁਹਾਡੇ ਨਾਲ ਵੀ ਆਖਰੀ ਕੁਐਸਚਨ ਆਹੀ ਹੈ ਕਿ ਜਿਹੜੀ ਕੁੜੀਆਂ ਬਾਹਰ ਜਾਂਦੀਆਂ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ? ਸੁਨੇਹਾ ਇਹ ਹੈ ਯਾਰ, ਸਭ ਤੋਂ ਪਹਿਲੀ ਤਾਂ ਗੱਲ ਤੁਸੀਂ ਘੱਟ ਖਾ ਲਓ, ਦੂਜਾ ਨੰਬਰ ਪਹਿਲੀ ਗੱਲ ਘੱਟ ਖਾ ਲਓ, ਮਾਂ ਬਾਪ ਦੀ ਇੱਜ਼ਤ ਵੱਲ ਦੇਖੋ, ਸਭ ਤੋਂ ਜ਼ਰੂਰੀ ਕੀ? ਆਪਦੀ ਇੱਜ਼ਤ, ਆਪਦੀ ਇੱਜ਼ਤ ਹੈਗੀ ਤਾਂ ਤੁਹਾਡੇ ਮਾਂ ਬਾਪ ਦੀ ਇੱਜ਼ਤ ਆ। ਜੇ ਤੁਸੀਂ ਪੈਸੇ ਦੇ ਲਾਲਚ ਕਰਕੇ ਐਂ ਫਸਣਾ ਜਾ ਕੇ, ਫਿਰ ਉਹਨਾਂ ਕੁੜੀਆਂ ਨੂੰ ਅਸੀਂ ਸਮਝਾ ਨਹੀਂ ਸਕਦੇ, ਨਾ ਉਹਨਾਂ ਮੁੰਡਿਆਂ ਨੂੰ ਸਮਝਾ ਸਕਦੇ ਹਾਂ। ਸੋ ਮੇਰੀ ਇੱਕੋ ਹੀ ਅਪੀਲ ਆ, ਜਿਵੇਂ ਇਸ ਭੈਣ ਨਾਲ ਹੋਇਆ, ਗਾਹਾਂ ਨੂੰ ਕਿਸੇ ਵੀ ਧੀ ਭੈਣ ਨਾਲ ਨਾ ਹੋਵੇ, ਉਹ ਸਾਰੇ ਪੰਜਾਬੀਆਂ ਨੂੰ ਇਹੀ ਅਪੀਲ ਕਰਦਾ ਕਿ ਸਾਰੇ ਜਾਣੇ ਸਤਰਕ ਹੋ ਕੇ ਰਹੋ, ਪੰਜਾਬ ਤੋਂ ਬਾਹਰ ਜਾਣ ਦੀ ਕੋਈ ਲੋੜ ਨਹੀਂ ਤੁਹਾਨੂੰ। ਪੰਜਾਬ 'ਚ ਹੀ ਐਸਾ ਕਾਰੋਬਾਰ ਖੋਲ੍ਹ ਦੇਵੇ, ਸਾਡੀਆਂ ਗੌਰਮੈਂਟਾਂ ਖੋਲ੍ਹ ਦੇਣ, ਸਾਡੀਆਂ ਜਥੇਬੰਦੀਆਂ ਕਿੰਨੀਆਂ ਤੁਰੀਆਂ ਫਿਰਦੀਆਂ ਨੇ। ਮੈਂ ਤਾਂ ਖਾਲਸਾ ਜਿੰਨੇ ਵੀ ਆਪਣੇ ਖਾਲਸਾ ਵਹੀਰ ਜਿਨ੍ਹਾਂ ਨੇ ਕੱਢੀ, ਭਾਈ ਅੰਮ੍ਰਿਤਪਾਲ ਸਿੰਘ ਜੀ ਹੁਣ ਜੇ ਜਥੇ ਨੇ, ਉਹਨਾਂ ਨੂੰ ਅਪੀਲ ਕਰਦਾ, ਅਤੇ ਆਪਣੇ ਸਿੱਖ ਸਮਾਜ ਸੇਵਾ ਸੁਸਾਇਟੀ ਵਾਲਿਆਂ ਨੂੰ, ਅਤੇ ਭਾਈ ਬਾਬਾ ਰਤਨ ਸਿੰਘ ਜੀ। ਅਤੇ ਉਸਨੇ ਮੀਡੀਆ ਜ਼ਰੀਏ ਆਪਣੀ ਸਾਰੀ ਹੱਡਬੀਤੀ ਦੱਸੀ ਹੈ ਅਤੇ ਇਨਸਾਫ ਦੀ ਮੰਗ ਕੀਤੀ, ਅਤੇ ਉੱਥੇ ਹੀ ਸੇਵਾ ਸੰਸਥੀ ਵੱਲੋਂ ਉਸਨੂੰ ਪੰਜਾਬ 'ਚ ਲਿਜਾਇਆ ਅਤੇ ਸੇਵਾ ਸੰਸਥੀ ਵੱਲੋਂ ਉਸਨੂੰ ਪੰਜਾਬ 'ਚ ਲਿਆਇਆ ਗਿਆ, ਅਤੇ ਉਸ ਵੱਲੋਂ ਸਰਕਾਰ 'ਤੇ ਨਿਸ਼ਾਨੇ ਸਾਧੇ ਗਏ ਨੇ ਅਤੇ ਕਿਹਾ ਕਿ ਜੇਕਰ ਪੰਜਾਬ 'ਚ ਰੁਜ਼ਗਾਰ ਹੋਵੇ ਤਾਂ ਅੱਜ ਦੀ ਪੀੜ੍ਹੀ